ਹਾਂ ਵੈਲਕਮ ਟੂ ਸ੍ਰੀ ਸ਼ੌਕਤ ਜਸਟਰੀ ਬਿਕਮਸ ਇਸ ਯੋ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਪੋਰਟਲ ਓਪਨ ਕੀਤਾ ਰਿਕਰੂਟਮੈਂਟ ਆਫ ਲੈਕਚਰਰਸ ਪੈਕਲੋਕ 352 ਪੋਸਟ ਇਸੇ ਤਰ੍ਹਾਂ ਲੈਕਚਰਰ ਦੇ 191 ਨਵੀਆਂ ਪੋਸਟਾਂ ਵੀ ਜਿਹੜੀਆਂ ਆਊਟ ਹੋਈਆਂ ਨੇ ਤੇ ਇਸ ਦੇ ਰਿਗਾਰਡਿੰਗ ਸਿਲੇਬਸ ਦੇ ਰਿਗਾਰਡਿੰਗ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਕਿ ਕਿ ਲੈਕਚਰਰ ਦੀ ਪੋਸ ਦਾ ਸਿਲੇਬਸ ਜਿਹੜਾ ਉਹ ਆਇਆ ਹੈ ਜਾਂ ਨਹੀਂ ਆਇਆ ਹੈ ਅਸੀਂ ਕਿੱਥੋਂ ਜਿਹੜਾ ਸਿਲੇਬਸ ਦੀ ਪ੍ਰੈਪਰੇਸ਼ਨ ਕਰ ਸਕਦੇ ਹਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਲੈਕਚਰਰ ਦੀ ਪੋਸ ਦੇ ਰਿਗਾਰਡਿੰਗ ਹਲੇ ਜਿਹੜਾ ਸਿਲੇਬਸ ਹੈ ਨਿਊ ਸਿ ਇਸੇ ਚੈਨਲ ਤੇ ਪ੍ਰੋਵਾਈਡ ਕਰ ਦਾਂਗੇ ਲੇਕਿਨ ਤਦ ਤੱਕ ਜਿਨ੍ਹਾਂ ਨੇ ਵੀ ਆਪਣੀ ਪ੍ਰੈਪਰੇਸ਼ਨ ਕਰਨੀ ਹੈ ਉਹ ਆਪਣੇ ਕਿਉਂਕਿ ਸਿਲੇਬਸ ਦੇ ਵਿੱਚ ਕੁਝ ਖਾਸ ਅਗਰ ਕੋਈ ਚੇਂਜ ਹੁੰਦੀ ਹੈ ਤਾਂ ਕੋਈ ਖਾਸ ਚੇਂਜ ਨਹੀਂ ਹੁੰਦੀ ਤੁਸੀਂ ਪਹਿਲਾਂ ਜਿਹੜਾ ਸਿਲੇਬਸ ਸੀਗਾ ਲਾਸਟ ਰਿਕਰੂਟਮੈਂਟ ਦਾ ਉਹਦੇ ਅਕੋਰਡਿੰਗ ਹੀ ਆਪਣੀ ਪ੍ਰੈਪਰੇਸ਼ਨ ਜਾਰੀ ਰੱਖ ਸਕਦੇ ਹੋ ਬਾਕੀ ਜਿਵੇਂ ਹੀ ਨਵਾਂ ਕੋਈ ਨੋਟਿਸ ਆਉਂਦਾ ਸਿਲੇਬਸ ਰਿਗਾਰਡਿੰਗ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰ ਦਾਂਗੇ ਤਾਂ ਲਾਸਟ ਜਿਹੜੀ ਰਿਕਰੂਟਮੈਂਟ ਹੋਈ ਸੀ ਲੈਕਚਰਰ ਦੀ 2015 ਤੁਸੀਂ ਉਹਦੇ ਵਿੱਚ ਆਪਣੇ ਸਬਜੈਕਟ ਦਾ ਜਿਹੜਾ ਸਿਲੇਬਸ ਸੀਗਾ ਉਹਦੇ ਅਕੋਰਡਿੰਗ ਤੁਸੀਂ ਆਪਣੀ ਪ੍ਰੈਪਰੇ ਜੋ ਜਿਹੜਾ ਲਾਸਟ ਰਿਕਰੂਟਮੈਂਟ ਦਾ ਸਿਲੇਬਸ ਸੀਗਾ ਉਹ ਤੁਹਾਨੂੰ ਉਹਦੇ ਵਿੱਚ ਪ੍ਰੋਵਾਈਡ ਕਰ ਦਾਂਗੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਤੇ ਉੱਥੇ ਆਪਾਂ ਤੁਹਾਨੂੰ ਸਾਰੇ ਜਿਹੜੇ ਸਿਲੇਬਸ ਹੈ ਉਹ ਪ੍ਰੋਵਾਈਡ ਕਰਵਾ ਦਾਂਗੇ ਸਾਰੇ ਹੀ ਸਬਜੈਕਟਸ ਦੇ ਥੈਂਕ ਯੂ